ਜਲੰਧਰ ਵਾਲਿਆਂ ਨੇ ਇਹ ਫੈਸਲਾ ਕਰ ਲਿਆ ਸੀ ਪਿਛਲੇ ਸਾਲ ਹੀ ਕਿ ਅਸੀਂ ਹੁਣ ਇੱਕ ਨਵੀਂ ਕਹਾਣੀ ਲਿਖੀ ਹੈ, ਅਸੀਂ ਉਸੇ ਕਹਾਣੀ ਨੂੰ ਅੱਗੇ ਵਧਾਵਾਂਗੇ। ਹਾਂ, ਸਵਾ ਕੁ ਸਾਲ ਪਹਿਲਾਂ ਮੈਂ ਇਸੇ ਰੂਟ ਤੇ ਆਇਆ ਸੀ, ਪਰ ਕੀ ਪਤਾ ਹੁਣ ਬੰਦੇ ਦੇ ਦਿਲ ਚ ਕੀ ਹੋਵੇ। ਪਰ ਤੁਸੀਂ ਜੋ ਪਿਆਰ ਅੱਜ ਦਿੱਤਾ ਮੈਨੂੰ, ਹੁਣ ਇਸ ਗੱਲ ਦੀ ਤਸੱਲੀ ਹੋ ਗਈ ਤੇ ਉਸ ਬੰਦੇ ਨੂੰ ਵੀ ਤਸੱਲੀ ਹੋ ਗਈ ਹੋਣੀ ਕਿ ਭਾਈ ਸਾਥ ਦੀ ਪੂਰੀ ਤੇ ਇਕੱਠ ਹੁੰਦਾ। ਸੋ ਜਿਹੜੇ ਤੁਹਾਡਾ ਪਿਆਰ, ਜਿਹੜਾ ਤੁਹਾਡਾ ਸਤਿਕਾਰ ਤੁਹਾਡੇ ਫਤਵੇ ਦਾ ਨਿਰਾਦਰ ਕਰਦੇ ਆ, ਦੁਬਾਰਾ ਨਹੀਂ ਜਿੱਤਦੇ ਫਿਰ ਉਹ, ਕਿਉਂਕਿ ਜਿੱਥੇ ਖੜੇ ਹੋ ਖੜੇ ਰਹੋ ਯਾਰ। ਲੋਕਾਂ ਨੇ ਪਿਆਰ ਦਿੱਤਾ, ਇਦੋਂ ਵੱਧ ਹੋਰ ਕੀ ਹੋ ਸਕਦਾ। ਲੋਕਾਂ ਨੇ ਤੁਹਾਨੂੰ ਪਾਰਲੀਮੈਂਟ ਚ ਬਿਠਾਤਾ, ਇਦੋਂ ਵੱਧ ਹੋਰ ਕੀ ਕਰਨਾ। ਪਤਾ ਨਹੀਂ ਕਿਉਂ ਇਸ ਤਰ੍ਹਾਂ ਲੋਕ ਪੰਜਾਬ ਨਾਲ ਜਾਂ ਪੰਜਾਬ ਦੇ ਲੋਕਾਂ ਦੇ ਨਾਲ ਗਦਾਰੀਆਂ ਕਰਦੇ ਨੇ। ਉਹਨਾਂ ਦਾ ਫਲ ਜਿਹੜਾ ਇਸ ਵਾਰ 1 ਤਰੀਕ ਨੂੰ ਆਪਾਂ ਪਹਿਲੇ ਨੰਬਰ ਤੇ ਆਈਏ ਤੇ ਉਹ ਜਿਹੜੇ ਪੰਜਾਬ ਨਾਲ ਧੋਖਾ ਕਰਕੇ 5ਵੇਂ 6ਵੇਂ ਨੰਬਰ ਤੇ ਆਪਣੇ ਆਪ ਨੂੰ ਭਾਲਦੇ ਫਿਰਦੇ ਹੋਣ। ਤੁਹਾਡੇ ਜੋਸ਼ ਬਹੁਤ ਹੈ, ਮੈਂ 20 ਸਕਿੰਟ ਵਾਸਤੇ, ਕਿਉਂਕਿ 3-4 ਪੀੜੀਆਂ ਦਾ ਗੁੱਸਾ ਲਈ ਫਿਰਦੇ ਹੋ ਤੁਸੀਂ। 70 ਸਾਲ ਦੀ ਪੜਾਸ ਹੈ ਜਿਹੜੀ ਹਜੇ ਨਿਕਲੀ ਨਹੀਂ। ਤੁਹਾਡੇ ਲਈ ਲੈ ਕੇ ਆ ਰਿਹਾ ਹੈ ਆਵਾਜ਼ ਆਵਾਮ ਦੀ, ਜਿਸ ਰਾਹੀਂ ਤੁਸੀਂ ਆਪਣੇ ਹੱਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾ ਸਕਦੇ ਹੋ। ਬੇਖੌਫ, ਬੇਝਿਜਕ, ਬੇਡਰ, ਤੁਹਾਡੇ ਹੱਕਾਂ ਦੀ ਰਾਖੀ ਲਈ ਹਰ ਪਲ ਹਰ ਵਕਤ ਤੁਹਾਡੇ ਨਾਲ ਹੈ ਪੰਜਾਬ ਦਾ ਬੇਤੜਕ ਨਿਤੜਕ ਇੱਕ ਨਿਊਜ਼ ਚੈਨਲ, ਤਹਿਲਕਾ ਨਿਊਜ਼, ਤਹਿਲਕਾ ਨਿਊਜ਼, ਤਹਿਲਕਾ ਨਿਊਜ਼।